अस्सलामु अलैकुम, कैसे हैं आप सब? उम्मीद है सब लोग ठीक ठाक होंगे, खैरियत से होंगे, खुशबाश होंगे। अभी सो के उठे हैं हम लोग और बाजी अभी देखते हैं क्या बनाने लगी हैं। वन टू थ्री एंड गो। हाँ जी जी, माशाल्लाह। अच्छा जी, चिप्स बनाने लगी है साढ़े वास्ते। वजह मरम नहीं देनी असी, भाई ने सख्ती ने मना किया वा, ਮੈਂ ਹੁਣ ਖਾਣ ਨਹੀਂ ਦੇਣੀ। ਬਈ ਹੁਣ ਹੀ ਗਏ ਆ ਜ਼ਰਾ ਬਾਹਰ, ਮੈਂ ਤਾਂ ਜੀ ਫਿਲਹਾਲ ਪਾਬੰਦੀਆਂ ਜੀ ਜੀ ਰਹੀ ਹਾਂ। ਹਾਂਜੀ, ਅਸੀਂ ਫੁੱਲ ਪਾਬੰਦੀਆਂ ਲਾਈਆਂ ਹੋਈਆਂ ਵਾ, ਬਹੁਤ ਜ਼ਿਆਦਾ ਪਾਬੰਦੀਆਂ। ਕੋਈ ਉੱਥੋਂ ਏਸੀ ਵਾਲਾ ਕਮਰੇ 'ਚ ਨਿਕਲਿਆ, ਕਿੰਨੀ ਗਰਮੀ ਲੱਗ ਰਹੀ ਆ। ਇੱਕ ਵਾਰੀ ਕਰਕੇ ਨਾ ਮੈਂ ਕੱਪੜੇ ਵੀ ਚੇਂਜ ਕਰਨੇ ਆ ਮੈਂ। ਅੱਛਾ ਜੀ, ਬਹੁਤ ਕੰਮ ਕਰਾਇਆ ਅੱਜ, ਮੈਂ ਬਹੁਤ ਕੰਮ ਕਰਾਇਆ। ਬਾਈ ਨੇ ਕਿਹਾ ਚੱਲ ਫਿਰ ਤੂੰ ਹੀ, ਬਾਈ ਨੇ ਕਿਹਾ ਕੰਮ ਦਾ ਨਾ ਕੋਈ ਨਹੀਂ ਭੈਣ ਭਰਾ ਕਰਦੇ। ਅਸਲ 'ਚ ਵਲੌਗ ਨਹੀਂ ਬਣਿਆ, ਮੈਨੂੰ ਦਿਖਾਇਆ ਨਹੀਂ ਕੰਮ ਕਰਦੇ ਨੂੰ। ਅਲੀ ਦੇ ਚੈਨਲ ਤੇ ਦੇਖ ਸਕਦੇ ਹੋ, ਉਹਦੇ 'ਚ ਉਹ ਨਜ਼ਰ ਨਹੀਂ ਆਇਆ। ਮੈਂ ਤਾਂ ਬਾਈ ਬੁਰਾ ਹਾਲ ਸੀ ਸਾਡਾ, ਅਸੀਂ ਵਲੌਗ ਨਹੀਂ ਬਣਾਇਆ ਸੀ, ਫਿਰ ਕੰਮ ਕਾਉਣ ਵਾਲੀ ਗੱਲ ਕੀਤੀ। ਮੈਂ ਅੰਦਰ ਪੈ, ਮੈਂ ਬਾਈ ਦੀ ਹਾਲਤ ਦੇਖ ਲਈ, ਬਾਈ ਪਸੀਨਾ ਪਸੀਨੀ ਫਿਰ ਕਿ ਉਹ ਖਿਆਲਾਂ ਜਿਹੀਆਂ ਵੀ ਜਿਹੜੀਆਂ ਕੱਢੀਆਂ ਖੇਲੀਆਂ ਮੈਂ ਬਣਾ ਕੇ ਦਿੱਤੀਆਂ। ਫਿਰ ਧੁੱਪ ਦਾ ਟਾਈਮ ਸੀਗਾ, ਹਾਂਜੀ, ਜੇ ਨਾ ਲਾਉਂਦੇ ਤਾਂ ਘਾਹ ਸੁੱਕ ਜਾਣਾ ਸੀਗਾ। ਅਸੀਂ ਫਿਰ ਲਾ ਕੇ ਪੌਦੇ ਲਾ ਕੇ ਮੈਂ ਫਿਰ ਦਵਾ ਦਵ ਕੰਮ ਖਿੱਚਿਆ। ਮੈਂ ਕਿਹਾ ਚਲੋ ਜੀ, ਬਹੁਤ ਗਰਮੀ ਹੈ ਯਾਰ, ਬਹੁਤ ਗਰਮੀ, ਪੱਖਾ ਚਲਾ ਲਓ ਹਲੇ ਤਾਂ। ਅੱਛਾ ਜੀ, ਅਸੀਂ ਆਲੂ ਸ਼ਾਲੂ ਕੱਟ ਲਈਏ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਉਦੋਂ ਤੱਕ ਪੱਖੇ ਥੱਲੇ ਬਹਿ ਜਾਈਏ। ਪੱਖਾ ਚਲਾ ਲਓ, ਕਿੱਥੇ ਇਹਦਾ ਬਟਨ? ਪਹਿਲਾਂ ਬਟਨ ਉੱਥੇ ਡਰਾਈ ਦਿੱਤਾ, ਇਹ ਤਾਂ ਡਰਾਉਂਦਾ ਵਾ ਪਹਿਲੇ। ਹਾਂਜੀ, ਇਹ ਤਾਂ ਡਰਾਉਂਦਾ। ਮੈਂ ਹੁਣ ਆਲੂ ਕੱਟਦੀ ਹਾਂ। ਹਾਂਜੀ, ਕੱਟ ਲਓ ਜੀ ਜੀ। ਮੋਟੇ ਕੁੱਟ ਨਾ, ਚਿਪਸ ਨਰਮ ਰਹਿੰਦੇ। ਹਾਂਜੀ। ਅੱਛਾ ਜੀ, ਗਰਮੀ ਬਹੁਤ ਜ਼ਿਆਦਾ ਵਾ, ਆਹ ਪੱਖੇ ਦੀ ਆਵਾਜ਼ ਆਏਗੀ ਥੋੜ੍ਹੀ, ਇਹਨੂੰ ਬਰਦਾਸ਼ਤ ਕਰ ਲਿਓ, ਕਿਉਂਕਿ ਹੁਣ ਪਤਾ ਤੁਹਾਨੂੰ ਅਸੀਂ ਵੀ ਮਰਨਾ ਥੋੜ੍ਹੀ ਆ ਹੁਣ ਇੰਨੀ ਗਰਮੀ 'ਚ। ਮੈਂ ਤਾਂ ਕਹਿੰਦੀ ਏਸੀ ਵਾਲੇ ਕਮਰੇ 'ਚ ਕਿਉਂਕਿ ਭਾਈ ਅਲੀ ਤਾਂ ਫੁੱਲ ਗਰਮੀ ਲੱਗੇ, ਜੋ ਮਰਜ਼ੀ ਲੱਗੇ ਉਹਨਾਂ ਤੇ ਮਾਈਕ ਲਵਾ ਕੇ ਫਿਰ ਸਟਾਰਟ ਕਰਨਾ। ਮਾਈਕ ਲਾ ਕੇ ਤੇ ਆਪਣਾ ਪੱਖਾ ਨਹੀਂ ਚਲਾਉਣਾ, ਪੱਖਾ ਨਹੀਂ ਚਲਾਉਣਾ ਤੇ ਤਾਂ ਵੀ ਨਹੀਂ ਚਲਾਉਣਾ ਆਪਾਂ। ਕੋਈ ਨਹੀਂ, ਅਸੀਂ ਬਈ ਹੁਣ ਕੀ ਕਰੀਏ ਬਈ, ਇੰਨੀ ਗਰਮੀ ਆ, ਦੇਖੋ ਸਾਡੇ, ਮੇਰਾ ਹੁਣ ਪਸੀਨਾ ਸੁੱਕ ਗਿਆ, ਮੈਂ ਤੁਹਾਨੂੰ ਨਹੀਂ ਤਾਂ ਦਿਖਾਉਣਾ, ਬੁਰਾ ਹਾਲ ਸੀ। ਹੁਣ ਤੁਸੀਂ ਇਹ ਖੁਦ ਹੀ ਅੰਦਾਜ਼ਾ ਲਗਾਇਓ, ਕਿਸ ਦਿਨ ਏਸੀ 'ਚੋਂ ਨਿਕਲ ਕੇ ਨਾ ਬਾਹਰ ਜਾ ਕੇ ਥੋੜ੍ਹੀ 10 ਮਿੰਟ ਦੀ ਕੋਈ ਵਲੌਗ ਕੰਪਲੀਟ ਕਰਿਓ, ਤੁਹਾਨੂੰ ਆਈਡੀਆ ਹੋ ਜਾਏਗਾ। ਪਰਸੋਂ ਸਾਡੇ ਮਹਿਮਾਨ ਆਏ, ਕਹਿੰਦੇ ਵੀ ਆਪਣਾ ਨਾ ਏਸੀ ਵਾਲੇ ਕਮਰੇ 'ਚ ਬੰਦਾ ਦੁਪਹਿਰੇ ਜਦੋਂ ਕੰਮ ਕਰਕੇ ਜਾਂਦਾ ਨਾ ਦੁਬਾਰਾ, ਬੰਦਾ ਬਿਮਾਰ ਹੁੰਦਾ। ਹੁਣ ਉਹਦੀ ਬਾਜੀ ਦੀ ਬੇਟੀ ਨੂੰ ਨਾ ਸਿਰ 'ਚ ਦਰਦ ਨਹੀਂ ਜਾਂਦੀ। ਓਏ ਨਹੀਂ, ਉਹ ਜ਼ਿਆਦਾ ਸੌਣ ਦੇ ਨਾਲ ਵੀ ਇਸ਼ੂ ਬਣਦਾ ਅਤੇ ਕੰਮ ਸੌਣ ਦੇ ਨਾਲ ਵੀ ਇਸ਼ੂ ਬਣਦਾ, ਜ਼ਿਆਦਾ ਫੋਨ ਇਸਤੇਮਾਲ ਕਰਨ ਨਾਲ ਵੀ ਇਸ਼ੂ ਬਣਦਾ ਇਹ। ਓਏ ਨਹੀਂ, ਕਿਹੜਾ ਖਾਣਾ ਬਣਾਉਣਾ ਹੁੰਦਾ, ਮੈਂ ਨਹੀਂ ਮੰਨਦਾ। ਤੂੰ ਦੱਸ ਦੇਣਾ, ਚੱਲ ਤੂੰ ਲਵਾਈ ਲੈਣਾ, ਮੈਂ ਤੈਨੂੰ ਪੁੱਛੂ ਫਿਰ। ਬੰਦੇ ਨੂੰ ਨੀਂਦ ਹੀ ਬੜੀ ਹੁੰਦੀ, ਬੰਦਾ ਕੋਠੇ ਨਹੀਂ ਜਾਂਦਾ। ਉਹ ਕੁੱਡਾ ਵੱਡਾ ਬਣਾ ਤਾ ਵਾ ਕੀ, ਆਹ ਵਾਲਾ ਖਤਲਾ ਨਹੀਂ, ਐਡੇ ਐਡੇ ਹੋਣੇ ਚਾਹੀਦੇ। ਇਹ ਤਾਂ ਘੰਟਾ ਬੰਦਾ ਤੇਲ ਹੀ ਉਹ ਘੇਈ ਛੱਡਦਾ ਰਵੇ, ਤੇਲ ਕਹਿ ਰਿਹਾ। ਇਹ ਨਾ ਬੰਦੇ ਇੱਕ ਤਜਰਬਾ ਕਰੇ, ਬਾਹਰੋਂ ਕਰਾ ਰਹੀ ਹੋਣ ਦੇ ਵਿੱਚ ਨਹੀਂ, ਬੰਦੇ ਇੱਕ ਤਜਰਬਾ ਕਰੇ, ਬੰਦਾ ਨਾ ਡੀਜ਼ਲ 'ਚ ਪਕਾ ਕੇ ਚੈੱਕ ਕਰੇ। ਤੀਲੀ ਐਂਜੀ ਕੀਤੀ ਤਾਂ ਜਿਹੜੇ ਬੰਦੇ ਨੇ ਖਾਦੇ, ਤੀਲੀ ਐਂਜੀ ਕੀਤੀ ਤਾਂ ਮੂੰਹ 'ਚ ਅੱਗ ਲੱਗ ਗਈ। ਨਹੀਂ 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 ਜੀ, ਉਹ ਵੱਡਾ ਸਾਰਾ ਬਰਤਨ ਹੋਵੇ ਨਾ, ਉਹਦੇ 'ਚ ਬੰਦਾ ਕਰੇ ਸੱਚੀ, ਬੰਦਾ ਤਜਰਬਾ ਕਰੇ। ਅੱਛਾ ਜੀ, ਕੋਈ ਭੈਣ ਭਰਾ ਅਗਰ ਕੋਈ ਵੀਡੀਓ ਮੇਰੀ ਦੇਖ ਰਿਹਾ ਨਾ, ਯੂਟਿਊਬਰ ਜਾਂ ਕੋਈ ਵਲੌਗਰ, ਤੇ ਜਿਹੜਾ ਨਾ ਤਜਰਬਾ ਕਰਿਓ, ਐਕਸਪੈਰੀਮੈਂਟ ਸਹੀ, ਐਕਸਪੈਰੀਮੈਂਟ ਵਲੌਗ ਹੋਏਗਾ।
ਠੀਕ ਹੈ ਨਾ। ਆਹ ਦੇਖ ਲਓ ਜੀ ਅਸੀਂ ਸਾਰੇ ਕੱਟ ਵੱਢ ਲਈਏ ਛੇਤੀ ਛੇਤੀ ਅਤੇ ਫਿਰ ਖਾਂਦੇ ਪੀਂਦੇ ਹਾਂ ਨਾ। ਬਸ ਮੈਂ ਤੇਲ ਪਾਖਾਨਾ ਰੱਖਣ ਲੱਗੀ ਹਾਂ, ਦੂਸਰੇ ਫਿਰ ਛੇਤੀ ਦੇਰ ਹੋ ਜਾਣੀ। ਚਲੋ ਠੀਕ ਹੈ, ਓਕੇ। ਕਿਹੜੇ 'ਚ ਫਰਾਈ ਕਰਾਂ, ਓਇਲ 'ਚ ਖਾ ਲੂੰਗਾ? ਨਹੀਂ, ਘੀ 'ਚ ਕਰੂੰਗੀ ਮੈਂ ਫਿਰ। ਓਇਲ ਇਸਤੇਮਾਲ ਕਰਦੇ ਨੇ, ਇਹ ਨਾ ਹੋਵੇ ਅਸੀਂ ਖਾਣ ਦੀ ਬਜਾਏ। ਓਇਲ ਗਰਮ ਸਾਡਾ ਹੋ ਚੱਲਾ ਅਤੇ ਨਮਕ ਲਗਾ ਲਈਏ। ਨਮਕ ਕਰਾਰਾ ਹੋਵੇ? ਨਹੀਂ, ਹਲਕਾ ਹੀ। ਅੱਛਾ, ਮਿਰਚੀ ਇਹਨੂੰ ਕੀ ਕਰਾਂਗੇ ਜੀ? ਮਿਸਕ ਚੰਗੀ ਤਰ੍ਹਾਂ ਉੱਧਰ ਓਇਲ ਕਰ, ਅਗਰ ਇਹਨੂੰ ਇੱਦਾਂ ਕਰਕੇ ਰੱਖ ਲਈਏ ਨਾ ਫਿਰ ਪਾਣੀ ਛੋੜ ਦਿੰਦਾ। ਆਹ ਦੇਖ ਫਿਰ ਮੇਰਾ ਆਲੂ ਆਲੂ ਬਣ ਗਿਆ, ਮੇਰੇ ਕੋਲ ਹਮੇਸ਼ਾ ਮੇਰੇ ਲਾਈਟ ਹੀ ਹੁੰਦੀ ਹੈ, ਮੇਰੀ ਕੋਈ ਨਾ ਕੋਈ ਚੀਜ਼ ਬਣੀ ਰਹਿ ਜਾਂਦੀ ਵਿੱਚ। ਇੱਕ ਰਹਿਣ ਦੇਣਾ ਸੀਗਾ, ਫਿਰ ਕੀ ਬਣਨਾ? ਫਿਰ ਮੱਛੀ ਦਾ ਬਣਨਾ ਸੀ। ਜੇ ਮੈਂ ਤੁਹਾਨੂੰ ਦੱਸਾਂ ਜਿਹੜੀ ਜਿਹੜੀ ਤੁਸੀਂ ਇਹ ਬਣਾਈਆਂ ਨਾ, ਮੈਨੂੰ ਸੌਫਟ ਪਸੰਦ ਆ। ਹੋਰ ਟਾਈਮ ਲੱਗ ਜੂਗਾ, ਆਪਾਂ ਲਾ ਰੱਖ ਕੇ ਤਾਂ ਅੰਦਰ ਚੱਲ ਜਾਣਾ ਏ ਸੀ ਵਾਲੇ ਕਮਰੇ 'ਚ, ਇਹਨੇ ਕਿਹੜਾ ਉੱਬਲਣਾ। ਅੱਛਾ ਦੇਖੋ ਜੀ, ਪਾਣੀ ਬਿਲਕੁਲ ਨਹੀਂ ਛੱਡਿਆ ਅਤੇ ਫਟਾਫਟ ਅਸੀਂ ਵਿੱਚ ਪਾ ਦਾਂਗੇ, ਕਿਉਂਕਿ ਇਹ ਫਿਰ ਨਾ ਪਾਣੀ ਛੁੱਟ ਦਿੰਦਾ ਤਾਂ ਫਿਰ ਮਿਰਚੀ ਲੈਤੀ ਜਾਂਦੀ ਨਾਲੋ। ਜ਼ਿਆਦਾ ਹਿਲਾਉਣਾ ਨਹੀਂ, ਬਸ ਐਵੇਂ ਕਰਨਾ ਵੀ। ਓਇਲ ਥੋੜ੍ਹਾ ਕੰਮ ਨਹੀਂ, ਓਇਲ ਥੋੜ੍ਹਾ ਪਾ ਦੇਵਾਂ ਮੈਂ ਖੁੱਲ੍ਹੇ ਓਇਲ 'ਚ ਫਰਾਈ ਕਰੀਏ। ਚਲੋ ਜੀ, ਚੰਗੀ ਤਰ੍ਹਾਂ ਫਰਾਈ ਕਰਨਾ ਵਾ, ਲੇਕਿਨ ਹਲੇ ਹਿਲਾਉਣੀ ਨਹੀਂ ਹੈ। ਅਤੇ ਮੈਂ ਜਿਹੜਾ ਨਾ ਸਾਬਾ ਤੋਂ ਮੈਂ ਇੱਥੇ ਕੱਢ ਕੇ ਰੱਖ ਲੈਣੀ ਅਤੇ ਇਹ ਖਾ ਲੈਣੀ। ਚਲੋ ਜੀ, ਇਹਨੂੰ ਅਸੀਂ ਪੱਕਣ ਦਿੰਦੇ ਹਾਂ ਚੰਗੀ ਤਰ੍ਹਾਂ। ਹਾਂਜੀ, ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹਾਂ ਅਤੇ ਮੈਂ ਬਸ ਤੇਰੇ ਦੋ ਬਾਲ ਰਹਿੰਦੇ ਹਾਂ ਕੱਟ ਕੇ, ਅਤੇ ਇਹਨੂੰ ਨਮਕ ਲਗਾਉਂਦੀ ਹਾਂ ਅਤੇ ਫਰਾਈ ਕਰਦੇ ਹਾਂ। ਪਾਣੀ ਕੈਚ ਨਹੀਂ ਪਿਆਉਣਾ, ਦਹੀਂ ਨਹੀਂ ਹੈਗਾ, ਬਸ ਖਾ ਲਾਂਗੇ ਉਹ। ਕੋਈ ਗੱਲ ਨਹੀਂ, ਅਸੀਂ ਸਾਦਾ ਹੀ ਖਾ ਲੈਣਾ। ਨਮਕ ਥੋੜ੍ਹਾ ਜਿਹਾ ਲਾ ਲਿਓ, ਅਤੇ ਨਮਕ ਇਹਨਾਂ ਨੂੰ, ਨਮਕ ਅਤੇ ਮਿਰਚੀ ਇਹਨਾਂ ਲਾਵਾਂ, ਮਿਰਚੀ ਵੀ ਲਾਇਓ। ਭਾਈ ਤੇਰਾ ਨੇ ਥੋੜ੍ਹੇ ਦਿਨ ਪਹਿਲਾਂ ਬਣਾ ਕੇ ਦਿੱਤੇ ਸਾਨੂੰ, ਓਏ ਹੋਏ ਹੋਏ ਹੋਏ, ਅਸੀਂ ਉਂਗਲੀਆਂ ਤੱਕ ਚੱਟ ਲਈਆਂ। ਉਹਨਾਂ ਨੇ ਵੀ ਮਿਰਚ ਲਾਈ ਸੀ, ਮਿਰਚ ਮੈਂ ਲਾਉਣੀ ਹੈ ਨਾ। ਬਸ ਠੀਕ ਆ, ਕੋਈ ਗੱਲ ਨਹੀਂ, ਕੱਢੋ ਬਾ ਖਾਈਏ। ਮੈਂ ਤਾਂ ਕਹਿੰਦਾ ਇਹਨਾਂ ਨੂੰ ਫੜ ਕੇ ਹੱਥ ਨਾਲ ਕੁੱਟ ਕੇ ਨਾ ਪੇਸਟ ਬਣਾ ਲਈਏ, ਪੇਸਟ ਬਣਾ ਲਈਏ। ਅੱਛਾ ਜੀ, ਅਸੀਂ ਤਾਂ ਠੰਡਾ ਓਇਲ ਪਾ ਦਿੱਤਾ, ਓਇਲ ਥੋੜ੍ਹਾ ਸੀ ਅਤੇ ਸਾਡੀ ਚਿਪਸ ਖੁਰ ਗਈ ਆ, ਮੇਰਾ ਤਾਂ ਦਿਲ ਦੇ ਟੁੱਟ ਗਿਆ। ਹੋਰ ਕਹੋ, ਮੈਂ ਰਨ ਨਹੀਂ ਦੇਣੀ, ਅਸੀਂ ਖਾ ਲੈਣੀ ਤਾਂ ਚਿਪਸ ਖਾ ਦਈਏ ਤਾਂ ਕਚੂਮਰ ਨਿਕਲ ਗਿਆ ਚਿਪਸ ਦਾ। ਕੋਈ ਗੱਲ ਨਹੀਂ, ਐਡੀ ਸੋਹਣੀ ਅਸੀਂ ਚੁੰਮ ਚੱਟ ਕੇ ਖਾ ਲੈਣੀ ਚਿਪਸ, ਅਸੀਂ ਖਾ ਲਈ ਦੀ ਜਿਵੇਂ ਦੀ ਵੀ ਹੋਵੇ। ਠੰਡਾ ਘੇ ਪਾ ਦਿੱਤਾ ਨਾ ਅਸੀਂ ਉੱਤੋਂ ਦੁਬਾਰਾ, ਉਹ ਥੋੜ੍ਹਾ ਸੀ ਅਤੇ ਮੈਂ ਕਿਹਾ ਵੀ ਪਹਿਲਾਂ ਗਰਮ, ਇਹਨੂੰ ਕੁਛ ਵੀ ਨਹੀਂ ਕਹਿਣਾ, ਥੋੜ੍ਹਾ ਕੰਮ ਹੀ ਖਰਾਬ ਕਰ ਦਿੱਤਾ। ਕੰਮ ਦਾ ਪਤਾ ਨਹੀਂ ਸਾਨੂੰ ਹੋ ਕੀ ਰਿਹਾ, ਸਾਨੂੰ ਕਿਸੇ ਦੀ ਨਜ਼ਰ ਤਾਂ ਨਾ ਕਦੀ ਕੁਕਿੰਗ ਕਰਨੀ, ਮੇਰੀ ਲੱਗੀ ਆ ਫਿਰ ਮੈਂ ਹੀ ਆਇਆ। ਤੂੰ ਵੀ ਤਾਂ ਸਾਡੇ ਨਾਲ ਹੀ ਆ, ਤੇਰਾ ਵੀ ਤਾਂ ਨਾਲ ਹੀ ਕੰਮ ਖਰਾਬ ਹੁੰਦਾ, ਤੇਰੀ ਵੀਡੀਓ 'ਚ ਕੰਮ ਖਰਾਬ ਹੁੰਦਾ, ਤੇਰੀ ਨਹੀਂ ਲੱਗੀ। ਜਿਵੇਂ ਤਾਂ ਕੋਈ ਸਖਤੀ ਹੈ, ਮੈਂ ਤੁਹਾਨੂੰ ਦੱਸਾਂ ਤੇਰੇ ਤੋਂ ਮੈਂ ਸਦਕਾ ਵਾਰਦੀ ਹਾਂ, ਕੱਢ ਪੈ ਤੇ ਉੱਥੇ ਅੰਦਰ ਹੀ ਕਿਤੇ ਬਟੂਆ ਪਿਆ ਵਾ। ਸਾਡਾ ਜੀ ਪਿਆਜ਼ ਦੇ ਵਿੱਚ ਆਇਆ ਹੋਵੇ ਤਾਂ ਬਟੂਏ ਦਾ ਕੋਈ ਪਤਾ ਨਹੀਂ ਕਿੱਥੇ ਪਿਆ ਕਿੱਥੇ ਨਹੀਂ। ਅੱਛਾ ਜੀ, ਓਇਲ ਠੰਡਾ ਕਰਕੇ ਨਾ ਫਿਰ ਇਹਨੂੰ ਸੰਭਾਲਦੀ ਹਾਂ, ਫਿਰ ਹਾਲ ਮੈਂ ਕੈਚ ਲੈ ਕੇ ਆਵਾਂ। ਲਿਆਓ ਨਹੀਂ ਤਾਂ ਮੈਂ ਤਾਂ ਐਵੇਂ ਖਾਣਾ। ਅੱਛਾ, ਚਿਪਸ ਰੈਡੀ ਹੋ ਚੁੱਕੀ ਹੈ, ਬਾਜੀਆਂ ਮੈਰਾਂ ਦੇਖੇਂਗੀ, ਰਾਜੇ ਰਾਜੇ ਖਾਏਂਗੇ, ਬਿੱਲੀਆਂ ਬਿੱਲੀਆਂ ਚਾਕਦੀਆਂ। ਹਾਂਜੀ ਹਾਂਜੀ, ਪਾਣੀ ਪਾਣੀ ਪਾ ਕੇ ਦੇ, ਮੈਂ ਪਾ, ਮੈਂ ਇਹ ਵੀ ਨਹੀਂ ਪਾਣਾ। ਇੱਕ ਹੀ ਤਾਂ ਬੰਦਾ ਸਾਡੇ ਘਰ 'ਚ ਛਾਵਾਂ ਗਵਾਉਂਦਾ, ਅਲੀ ਗਵਾਉਂਦਾ ਨਹੀਂ ਸੰਭਾਲਦਾ, ਅਲੀ ਦੇ ਸਾਰੇ ਘਰ 'ਚ ਛਾਵਾਂ ਗਵਾਉਂਦੇ ਆ। ਹਾਂ, ਇਹਦੇ 'ਚ ਪਾ ਦੇਵਾਂ, ਇਹ ਤਾਂ ਇਕੱਲੀ ਕਮੀਜ਼ ਸਲਵਾਰ ਕਿੱਥੇ ਆ?
ਪੰਖਾ ਬੰਦ ਕਰਾਂ, ਬਾਈ ਨੇ ਚਾਹੇ ਪੀਤੀ ਸੀ ਅਤੇ ਮੈਂ ਹੁਣ ਚਾਹੇ ਵਾਲੇ ਬਰਤਨ ਧੋਵਾਂ, ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਇਹਦਾ ਬੰਦੋਬਸਤ ਕਰਾਂ। ਅਤੇ ਅੱਜ ਦਾ ਫੋਨ ਚਾਰਜਰ ਮੈਂ ਹਰ ਜਗ੍ਹਾ ਇਕੱਠੀ ਕਰਕੇ ਰੱਖਾਂ। ਪਹਿਲੇ ਮੈਨੂੰ ਸਲਵਾਰ ਲਿਆ ਤੀ, ਹੁਣ ਕਮੀਜ਼ ਅਤੇ ਹੁਣ ਸਲਵਾਰ ਲਈ ਜਾਂਦਾ। ਹੈਂਡ ਫਰੀ ਤਾਂ ਨਹੀਂ ਸੀਗੇ, ਬਟੂਆ ਜੇਬ 'ਚ ਹੀ ਰੱਖੀ ਦਾ ਵਾ। ਹਾਂ ਮੋਬਾਈਲ, ਮੋਬਾਈਲ ਦੇਖ ਲਓ, ਹਾਂ ਚਾਰ ਹੀ ਮੋਬਾਈਲ ਤੁਹਾਡੇ। ਆਓ ਹਲਾਨੀ ਕੇ ਬਾਹਰ ਜਾ ਕੇ ਮੈਨੂੰ ਮੈਸੇਜ, ਹਿਬਾ ਹੁਣ ਲੈਣ ਜਾਣਾ ਨਾ। ਮੋਇਜ਼ ਵੀ ਤਿਆਰ ਹੋ ਜਾਣਾ ਤੁਹਾਡੇ ਜਾਂਦਿਆਂ ਨੂੰ, ਤੁਸੀਂ ਦੇਖਿਓ ਤੁਸੀਂ ਗਏ ਤਾਂ ਉਹਨੇ ਵੀ ਦੇਖ ਕੇ ਰਹਿਣਾ। ਕਵੀ ਆਸੇ ਕੱਪੜੇ ਸਿਲਾਈ ਕਰਕੇ ਆਏਗੀ ਅਤੇ ਛੁੱਟੀਆਂ ਹਾਲੇ, ਅਤੇ ਹਿਬਾ ਕਹਿ ਰਹੀ ਹੈ ਮੈਂ ਉਦਾਸ ਹੋ ਗਈ ਆਪਣੀ ਅੰਮੀ ਤੋਂ, ਆਪਣੇ ਪਾਪਾ ਤੋਂ, ਮੈਂ ਜਾਣਾ ਆ ਘਰ ਦੀਆਂ ਚਾਬੀਆਂ ਉੱਤੇ ਪਈਆਂ ਵਾ। ਇਹ ਫੜ ਕੇ ਰੱਖ ਮੇਰਾ ਪੁੱਤ, ਗਿੱਲੇ ਗਿੱਲੇ ਤਾਂ ਨਾ ਲਿਆ। ਦਰਵਾਜ਼ਾ ਖੋਲਿਆ, ਨੰਗੀ ਪੈਰੇ ਫਿਰੋ, ਫਿਰ ਮੇਰੇ ਕੋਲ ਸਾਰੀ ਰਾਤ ਪੈਰ ਕਢਾਉਂਦੇ। ਭਾਬੀ ਕਹੀ ਆ ਮੱਛਰਦਾਨੀਆਂ ਉੱਤੋਂ ਲੈ ਕੇ ਜਾ ਰਹੀ ਆ। ਚਲੋ ਜੀ ਕੱਢੋ ਸਟਾਰਟ, ਦਰਵਾਜ਼ਾ ਖੁੱਲ੍ਹ ਗਿਆ ਵਾ, ਬੂਹਾ ਖੋਲ੍ਹਦੇ ਹਾਂ। ਸਾਰ ਜੀ ਸਾਰੀ ਟਾਹਲੀ ਜਗਮਗ ਜਗਮਗ ਕਰਦੀ, ਜਗਮਗ ਜਗਮਗ। ਸੁਬਾਹ ਇੰਨੀ ਗਰਮੀ ਆ, ਇੰਨੀ ਗਰਮੀ ਆ। ਇਹ ਭਾਜੀ ਦੀਆਂ ਖਜੂਰਾਂ ਬਹੁਤ ਜ਼ਬਰਦਸਤ ਹੈ ਜੀ, ਸਾਡੇ ਚਕੋਦਰੇ ਲੱਗੇ ਹੋਏ ਮਾਸ਼ਾਅੱਲਾ। ਇੱਧਰੋਂ ਬਾਈ ਫਿਰ ਜਾਏਗਾ, ਭਜਨ ਜੀ ਨਹੀਂ ਜਾਏਗਾ। ਐਵੇਂ ਦਰਵਾਜ਼ਾ ਬੰਦ ਕਰਦੇ ਹਾਂ। ਮੈਨੂੰ ਨਾਨੀ ਜੇ ਦੇ ਦੀ ਆਪਣਾ ਫੋਨ ਲੈ ਲਈ, ਆਈਫੋਨ ਦਾ ਤਾਂ ਹਲੇ ਸ਼ੌਂਕ ਨਹੀਂ ਮਰਿਆ, ਇੱਥੇ ਛੱਡ ਚੱਲਾਂ ਸਹੀ। ਆਈਫੋਨ ਦਾ ਤਾਂ ਹਲੇ ਸ਼ੌਂਕ ਨਹੀਂ ਮਰਿਆ। ਚਲੋ ਠੀਕ ਹੋ ਗਿਆ, ਆਈਫੋਨ ਅਸੀਂ ਭੁੱਲਦੇ ਹਾਂ ਆਪਣਾ। ਮੇਰਾ 15 Pro Max ਹੈ, 15 Pro Max ਮੇਰਾ। ਕੱਲ੍ਹ ਇੱਕ ਸਿਸਟਰ ਕਹਿ ਰਹੀ ਤੀ ਬਾਈ ਆਪਣੀ ਨਾ ਮਜ਼ਾ ਨਹੀਂ ਆ ਰਿਹਾ ਆਈਫੋਨ ਕਾ, ਇਨਸ਼ਾਅੱਲਾ ਅੱਬ ਆਏਗਾ ਇਨਸ਼ਾਅੱਲਾ, ਐਡੀਟਿੰਗ ਜੋ ਹੈ ਨਾ ਬੈਸਟ ਕਰੇਂਗੇ ਇਨਸ਼ਾਅੱਲਾ। ਸ਼ਾਮ ਹੋ ਚੁੱਕੀ ਹੈ, ਓ ਸੋਰੀ ਪਾਗਲ ਹੋ ਚੁੱਕਾ ਮੈਂ, ਵੈਸੇ ਸੁਬਹ ਕਾ ਟਾਈਮ ਹੈ, ਸ਼ਾਮ ਹੋ ਚੁੱਕੀ ਹੈ, ਨਹੀਂ ਸੁਬਹ ਕਾ ਟਾਈਮ ਹੈ। ਔਰ ਹਮ ਲੋਕ ਨਿਕਲਦੇ ਯਹਾਂ ਸੇ, ਅਭੀ ਜਾਣਾ ਹੈ ਮੈਨੇ ਮਾਮੂ ਲੋਕੋਂ ਕੇ ਘਰ, ਵਹਾਂ ਸੇ ਹਿਬਾ ਜੋ ਹੈ ਨਾ ਵੋ ਜ਼ਿੱਦ ਕਰ ਰਹੀ ਹੈ ਕਿ ਮੈਨੇ ਸਾਥ ਜਾਣਾ ਹੈ, ਔਰ ਮੋਇਜ਼ ਵੀ ਸ਼ਾਇਦ ਜ਼ਿੱਦ ਕਰ ਰਹਾ ਹੈ ਕਿ ਮੁਝੇ ਚਾਚੂ ਕੋ ਕਹੇ ਕਿ ਸਾਥ ਲੈ ਕੇ ਜਾਏ। ਇੱਕ ਚੀਜ਼ ਔਰ ਮੈਂ ਕਲੀਅਰ ਕਰੂੰਗਾ, ਯਹਾਂ ਕੁਛ ਕੱਲ੍ਹ ਕਮੈਂਟਸ ਆ ਰਹੇ ਥੇ ਕਿ ਭਾਈ ਆਪਨੇ ਸੈਲੀਬ੍ਰੇਟ ਜੋ ਹੈ ਨਾ ਬਰਥਡੇ ਸੈਲੀਬ੍ਰੇਟ ਆਪਣੀ ਘਰ ਮੈਂ ਕਿਉਂ ਨਹੀਂ ਕੀ, ਘਰ ਵਾਲੋਂ ਕੇ ਸਾਥ ਕਿਉਂ ਨਹੀਂ ਗਈ। ਤੋ ਦੇਖੇ ਮੈਂ ਇੱਧਰ ਆ ਰਿਹਾ ਤਾਂ ਮੁਝੇ ਅਚਾਨਕ ਯਾਦ ਹੈ ਕਿ ਮੇਰੀ ਬਰਥਡੇ ਵੀ ਹੈ ਅੱਜ, ਜਦ ਮੈਂ ਚੱਲਣੇ ਲੱਗਾ ਤਾਂ ਮੁਝੇ ਯਾਦ ਹੈ ਕਿ ਮੇਰੀ ਤੋਂ ਅੱਜ ਸਾਲਗਿਰਾ ਵੀ ਹੈ। ਤੋ ਫਿਰ ਅੰਮੀ ਲੋਕੋਂ ਨੇ ਖੁਦ ਹੀ ਕਹਾ ਥਾ ਕਿ ਵਹਾਂ ਤੁਮ ਜਾ ਰਹੇ ਹੋ ਵਹੀਂ ਜੋ ਹੈ ਨਾ ਵੋ ਸੈਲੀਬ੍ਰੇਟ ਕਰ ਲਓ, ਤੋ ਬਾਅਦ ਮੈਂ ਇੱਧਰ ਕਰ ਲੇਂਗੇ। ਮੈਨੇ ਕਿਹਾ ਚਲੇ ਕੋਈ ਬਾਤ ਨਹੀਂ, ਵੋ ਵੀ ਮੇਰੀ ਬਹਿਨ ਹੈ, ਵੋ ਵੀ ਹਮਾਰੀ ਫੈਮਿਲੀ ਕਾ ਹਿੱਸਾ ਹੈ, ਤੋ ਕੀੜੇ ਨਿਕਾਲਨੇ ਹੋ ਤੋ ਲਾਖ ਨਿਕਾਲ ਲੇ, ਬਾਕੀ ਆਪ ਲੋਕੋਂ ਕੀ ਬਾਤ ਸੇ ਵੀ ਮੈਂ ਐਗਰੀ ਕਰਤਾ ਹੂੰ, ਇਨਸ਼ਾਅੱਲਾ ਘਰ ਮੈਂ ਵੀ ਕਰੇਂਗੇ, ਨੋ ਇਸ਼ੂ, ਇਨਸ਼ਾਅੱਲਾ ਇਨਸ਼ਾਅੱਲਾ। ਆਪ ਲੋਕੋਂ ਕੋ ਨਰਾਜ਼ ਨਹੀਂ ਕਰਨਾ, ਆਪ ਲੋਕ ਹਮਾਰੀ ਫੈਮਿਲੀ ਹੈ, ਅੱਛਾ ਬਤਾਤੇ ਹੈ, ਆਪ ਲੋਕੋਂ ਕੀ ਬਾਤ ਸੇ ਮੈਂ ਐਗਰੀ ਕਰਤਾ ਹੂੰ, ਜੋ ਆਪ ਲੋਕੋਂ ਨੇ ਬੋਲਾ ਹੈ ਕਿ ਘਰ ਮੈਂ ਕਰਨੀ ਚਾਹੀਏ ਥੀ ਆਪਣੇ ਮਾਂ ਬਾਪ ਬਹਿਣ ਭਾਈਓ ਕੇ ਸਾਥ, ਉਧਰ ਬੱਚੋਂ ਕੇ ਸਾਥ ਬੱਚੇ ਗਏ ਹੋਏ ਹੈ, ਮਾਮੂ ਲੋਕੋਂ ਕੇ ਘਰ ਮੈਂ ਉਹਨੇ ਪਿਕਸ ਭੇਜੀ ਥੀ। ਔਰ ਦੂਸਰੀ ਚੀਜ਼ ਇਹ ਕਿ ਵੋ ਕਹਿ ਰਹੇ ਥੇ ਚਾਚੂ ਜੀ ਹਮ ਘਰ ਮੈਂ ਵੀ ਲਿਜਾ ਕੇ ਕੇਕ ਜੋ ਹੈ ਨਾ ਵੋ ਕਟਵਾਏਂਗੇ ਆਪਸੇ। ਮੈਨੇ ਕਿਹਾ ਚਲੇ ਠੀਕ ਹੈ ਬੇਟਾ, ਤੋ ਘਰ ਮੈਂ ਵੀ ਬੱਚੋਂ ਕੇ ਸਾਥ ਵੀ ਹੋ ਜਾਏਗਾ ਇਨਸ਼ਾਅੱਲਾ, ਆਪ ਲੋਕੋਂ ਕਾ ਹੁਕਮ ਸਾਰਾ ਆਮ ਫੋਨ ਪੇ।
ਅਭੀ ਮੈਂ ਜਾ ਰਹਾ ਹੂੰ ਘਰ ਸੇ ਨਿਕਲ ਆਇਆ ਹੂੰ ਇਨਸ਼ਾਅੱਲਾ ਥੋੜ੍ਹੀ ਦੇਰ ਮੈਂ 15-20 ਮਿੰਟ ਮੈਂ ਪਹੁੰਚ ਜਾਊਂਗਾ ਰਾਸਤਾ ਛੋਟਾ ਫੁੱਟਾ ਹੋਇਆ ਵਰਨਾ 10 ਮਿੰਟ ਦਾ ਸਫ਼ਰ ਹੈ ਸਾਰਾ ਹਾਂਜੀ ਹੀਰਾ ਚਾਹ ਮੇਰਾ ਗੁੱਗਾ ਬੱਚਾ ਹਾਂਜੀ ਮੇਰੇ ਚਾਰ ਜਣੇ ਚਾਚੂ ਕੇ ਚਾਰ ਜਣੇ ਬੱਚੇ ਨੇ ਅੱਛਾ ਜੀ ਜੇ ਤਿਆਰ ਹੋ ਕੇ ਬੈਠ ਗਏ ਕਿ ਮੈਂ ਇਹਨੇ ਸਾਥ ਜਾਣਾ ਇਹ ਆਵਾਜ਼ਾਂ ਦੇ ਰਹੀ ਹੈ